ਉਥੇ ਸਾਬਕਾ ਮੁੱਖ ਮੰਤਰੀ ਪੰਜਾਬ ਰਜਿੰਦਰ ਕੌਰ ਪਠਲਵੀ ਕਿਸਾਨ ਦੇ ਮੰਦੇ ਹਾਲਾਤ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕੋਸਦੇ ਨਜ਼ਰ ਆਏ ਮੰਡੀਆਂ ਦੇ ਦੌਰੇ ਤੇ ਪਹੁੰਚੇ ਰਜਿੰਦਰ ਕੌਰ ਪਠਲ ਨੇ ਕਿਹਾ ਕਿ ਜਦੋਂ ਉਹਨਾਂ ਦੀ ਸਰਕਾਰ ਸੀ ਉਸ ਸਮੇਂ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਸਮੇਤ ਉਹਨਾਂ ਨੂੰ ਸਹੂਲਤਾਂ ਦੇਣ ਦਾ ਕੰਮ ਫਸਲ ਲਾਉਣ ਤੋਂ 2 ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਜਾਂਦਾ ਸੀ 3 ਸਾਲ ਤਾਂ 4 ਸਾਲ ਤਾਂ ਜਿਹੜੇ ਹੋ ਗਏ ਸਾਨੂੰ ਫਸਲਾਂ ਦੇ ਦੇਖਦਿਆਂ ਨੂੰ ਚਾਰਾਂ ਫਸਲਾਂ 'ਚ ਹੋਇਆ ਨਹੀਂ ਅਤੇ ਜਿਹੜਾ ਅੱਜ ਕਰ ਦੇਣਗੇ ਇਹ ਸਾਰਾ ਕੁਛ ਤਾਂ ਸਾਡੇ ਸਮੇਂ 'ਚ 3 ਮਹੀਨੇ ਪਹਿਲਾਂ ਇੰਤਜ਼ਾਮ ਕੀਤੇ ਵੀ ਹੁੰਦੇ ਆ ਜਿਵੇਂ ਪਾਣੀ ਦੀ ਗੱਲ ਕਰਦੇ ਇੱਥੇ ਪਾਣੀ ਨਹੀਂ ਇੱਥੇ ਕੋਈ ਲਾਈਟ ਨਹੀਂ ਇੱਥੇ ਕੋਈ ਇੰਤਜ਼ਾਮ ਨਹੀਂ ਜੇ ਬੰਦੇ ਬੈਠੇ ਹੈ ਗਰਮੀ ਦਾ ਮਹੀਨਾ ਹੈ ਅੱਤ ਦੀ ਗਰਮੀ ਦਾ ਮਹੀਨਾ ਹੈ ਇਹ ਕਿੱਥੇ ਸੁੱਤੇ ਪਏ ਸੀ ਇਹ ਮੇਰੇ ਸਮੇਂ 'ਚ ਮੇਰੇ ਕੋਲ ਮਹਿਕਮਾ ਰਿਹਾ ਮੈਨੂੰ ਪਤਾ ਕਿ 2 ਮਹੀਨੇ ਪਹਿਲਾਂ ਮੈਂ ਮੰਡੀਆਂ ਨਾਲ ਵੀ ਉੱਥੇ ਬਿਜਲੀ ਹੋਵੇ ਆਪਣਾ ਵਾਸ਼ਰੂਮ ਹੋਮ ਪੀਣ ਦਾ ਪਾਣੀ ਹੋਵੇ ਅਸੀਂ ਪਹਿਲਾਂ 2 ਮਹੀਨੇ ਪਹਿਲਾਂ ਇੰਤਜ਼ਾਮ ਕਰਦੇ ਸੀ ਔਰ ਇਵੇਂ ਜਿਵੇਂ ਸਾਡਾ ਬਾਰਦਾਨਾ ਹੋਵੇ ਅੱਜ ਬਾਰਦਾਨਾ ਵੀ ਨਹੀਂ ਆਇਆ ਵਾ ਉਹ ਬਾਰਦਾਨੇ ਬਾਰੇ ਵੀ ਅਸੀਂ 5-5, 4-4 ਮਹੀਨੇ ਪਹਿਲਾਂ ਲਾ ਕੇ 2 ਮਹੀਨੇ ਸਾਡੇ ਕੋਲ ਪਿਆ ਹੁੰਦਾ ਪਹਿਲਾਂ ਅੱਜ ਉਹ ਬਾਰਦਾਨੇ ਦੀ ਵੀ ਕਮੀ ਹੈਗੀ ਹੈ ਪੈਸਿਆਂ ਦੀ ਵੀ ਕਮੀ ਹੈਗੀ ਹੈ ਪਾਣੀ ਦੀ ਵੀ ਕਮੀ ਹੈਗੀ ਹੈ ਇਹਨਾਂ ਦੇ 24 ਘੰਟੇ ਕਦੋਂ ਆਉਣਗੇ ਇਹ ਲੋਕਾਂ ਦਾ ਲਹੂ ਪੀ ਰਹੇ ਨੇ ਇਸੇ ਕਰਕੇ ਸਰਕਾਰ ਤੋਂ ਅੱਜ ਸਾਰਾ ਪੰਜਾਬ ਦੇ ਸਾਰੇ ਵਰਗ ਨਾ ਖੁਸ਼ ਨੇ ਸਾਡੇ ਸਮੇਂ 'ਚ ਸਾਡਾ ਰਾਜ ਦੇਖ ਚੁੱਕਿਆ ਅਸੀਂ ਇਕੱਲੇ ਗੱਲਾਂ ਨਹੀਂ ਕਰਦੇ ਅਸੀਂ ਇਕੱਲੇ ਇਹ ਨਹੀਂ ਕਿ ਇਸ਼ੂ ਬਣਾਉਂਦੇ ਹਾਂ ਅਸੀਂ ਆਪਣੇ ਰਾਜ 'ਚ ਸਾਰੇ ਲੋਕਾਂ ਨੇ ਦੇਖਿਆ ਕਿ ਆਥਣ ਨੂੰ ਫਸਲ ਚੱਕੀ ਹੈ ਤੜਕੇ ਨੂੰ ਪੇਮੈਂਟ ਕੀਤੀ ਹੈ ਪਾਣੀ ਵੀ ਦਿੱਤਾ ਹੈ ਬਿਜਲੀ ਵੀ ਦਿੱਤੀ ਹੈ ਹੋਰ ਵੀ ਸੁੱਖ ਦਿੱਤੇ ਨੇ ਜਿੱਥੇ ਕਿਤੇ ਕੋਈ ਕਮੀ ਆਈ ਹੈ ਕੋਈ ਨਹੀਂ ਗਈ ਮੰਡੀ ਉੱਥੇ ਜਾਣਾ ਪੈਣਾ ਅੱਜ 5-7 ਇਹਨਾਂ ਤੋਂ ਰੁੱਸੀ ਬੈਠੀ ਹੈ ਅੱਜ ਕਈ ਏਜੰਸੀਆਂ ਜੇ ਮੰਡੀਆਂ 'ਚ ਨਹੀਂ ਵੜ ਰਹੀਆਂ ਸੋ ਇਹ ਤਾਂ ਫਲੋਪ ਹੋ ਗਿਆ ਸਾਰਾ ਕੁਛ